ਸ਼੍ਰੀ ਅਕਾਲ ਜੀ, ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਵੀਰ ਜੀ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਨ ਵਾਲੇ ਹਾਂ ਬਾਈ ਜੀ, ਕੋਈ ਚਾਰ ਕੰਟਰੀਆਂ ਮੇਜਰ ਜਿਹੜੀਆਂ ਕੰਟਰੀਆਂ ਜਿੱਥੇ ਜਾ ਕੇ ਤੁਸੀਂ ਆਪਣਾ ਹੈਵੀ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ, ਵੀ ਕਿਹੜੀ ਕੰਟਰੀ ਦੇ ਵਿੱਚ ਜਾ ਕੇ ਤੁਹਾਨੂੰ ਜਿਹੜਾ ਲਾਇਸੈਂਸ ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣਾ ਯਾਦ ਵੀ ਜੇ 'ਤੇ ਬੈਟਰ ਰਹੂਗਾ। ਸੋ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਉਹ ਬੈੱਲ ਆਈਕਨ ਨੂੰ ਦਬਾ ਦਿਓ, ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਰ ਜੀ, ਮੈਨੂੰ ਬੜੇ ਵਿਧਾਂ ਦੇ ਸਵਾਲ ਆਉਂਦੇ ਆ ਬਾਈ ਜੀ, ਕਿਹੜੇ ਦੇਸ਼ ਦੇ ਵਿੱਚ ਜਾਈਏ, ਕਿੱਥੇ ਜਾ ਕੇ ਆਪਣਾ ਜਿਹੜਾ ਹੈਵੀ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹਾਂ ਯਾਦ ਵੀ ਅਤੇ ਮੇਰੇ ਕੋਲ ਬਜਟ ਘੱਟ ਆ ਜਾਂ ਮੇਰਾ ਬਜਟ ਇੰਨਾ ਵਾ। ਸੋ ਵੀਰ ਜੀ, ਮੈਂ ਉਸ ਹਿਸਾਬ ਨਾਲ ਬਾਈ ਜੀ ਮੈਂ ਤੁਹਾਨੂੰ ਚਾਰ ਜਿਹੜੀਆਂ ਮੇਨ ਮੇਜਰ ਐਂਟਰੀਆਂ ਦੱਸ ਦਿੰਦਾ ਵਾਂ ਜਿੱਥੇ ਜਾ ਕੇ ਬਾਈ ਜੀ ਤੁਸੀਂ ਆਪਣੇ ਬਜਟ ਦੇ ਆਪਣੇ ਬਜਟ ਦੇ ਹਿਸਾਬ ਨਾਲ ਜਾ ਕੇ ਲਾਇਸੈਂਸ ਬਣਾ ਸਕਦੇ ਹੋ ਆਜ਼ਾਦ ਵੀਜ਼ੇ 'ਤੇ। ਸੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਬਾਈ ਜੀ ਦੁਬਈ ਦੀ। ਜੇ ਤਾਂ ਵੀਰ ਜੀ ਤੁਹਾਡਾ ਬਜਟ ਕੋਈ 6 ਤੋਂ 7 ਲੱਖ ਦੇ ਵਿੱਚ ਆ ਅਤੇ ਤੁਸੀਂ ਬਾਈ ਜੀ ਇੱਕ ਵਧੀਆ ਜਾਣੀ ਕਿ ਵੀ ਜ਼ਿਆਦਾ ਟੈਨਸ਼ਨ ਨਹੀਂ ਲੈਣ ਵਾਲੇ ਵੀ ਕੰਮ ਮਿਲੇ ਜਾਂ ਨਾ ਮਿਲੇ, ਅਤੇ ਫਿਰ ਬਾਈ ਜੀ ਤੁਸੀਂ ਦੁਬਈ ਆਜ਼ਾਦ ਵੀਜ਼ੇ 'ਤੇ ਜਾ ਕੇ ਅਤੇ ਆਪਣਾ ਲਾਇਸੈਂਸ ਬਣਵਾ ਸਕਦੇ ਹੋ। ਕਿਉਂਕਿ ਬਾਈ ਜੀ ਦੁਬਈ ਦੇ ਹਾਲਾਤ ਹੁਣ ਥੋੜ੍ਹੇ ਜਿਹੇ ਠੀਕ ਜਿਹੇ ਨਹੀਂ ਆਪਾਂ ਕਹਿ ਸਕਦੇ ਹਾਂ, ਉੱਥੇ ਜਿਹੜਾ ਆਪਣੇ ਨਵੇਂ ਲਾਇਸੈਂਸ 'ਤੇ ਜਿਹੜਾ ਵਾ ਉਹ ਕੰਮ ਨਹੀਂ ਬਾਈ ਜੀ ਛੇਤੀ ਮਿਲਦਾ, ਉਹ ਪੁਰਾਣੇ ਲਾਇਸੈਂਸ ਵਾਲਿਆਂ ਨੂੰ ਪ੍ਰੈਫਰ ਕਰਦੇ ਆ। ਜੇ ਤਾਂ ਬਾਈ ਜੀ ਜਾਣੀ ਕਿ ਤੁਹਾਡੇ ਕੋਲ ਆਪਣੇ ਪੈਸੇ ਆ ਕਿਸੇ ਕੋਲ ਤੁਸੀਂ ਪੜ੍ਹਨੇ ਨਹੀਂ ਆ ਜਾਂ ਜਾਣੀ ਕਿ ਸੌਖੇ ਜੇ ਬਾਈ ਜੀ ਘਰੋਂ, ਫਿਰ ਦੁਬਈ ਜਾਓ ਬਾਈ ਜੀ, ਉੱਥੇ ਜਾ ਕੇ ਆਪਣਾ ਲਾਇਸੈਂਸ ਬਣਾਓ, ਕਿਸੇ ਵੀ ਟਰਾਂਸਪੋਰਟ 'ਚ ਠੇਕਾ ਕਰ ਲਓ ਬਾਈ ਜੀ ਉਹਨਾਂ ਨਾਲ ਹੀ, ਤੁਹਾਨੂੰ ਜਿਹੜਾ ਵਾ ਵੀਜ਼ਾ ਅਤੇ ਪਲੱਸ ਬਾਈ ਜੀ ਉਹਨਾਂ ਤੁਹਾਨੂੰ ਲਾਇਸੈਂਸ ਬਣਵਾ ਕੇ ਦੇਣਾ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਬਾਈ ਜੀ ਲੋੜ ਨਹੀਂ ਹੈ। ਸੋ ਉਸ ਤੋਂ ਬਾਅਦ ਬਾਈ ਜੀ ਫਿਰ ਗੱਲ ਕਰਦੇ ਹਾਂ ਆਪਾਂ ਦੂਸਰੇ ਨੰਬਰ 'ਤੇ ਬਹਿਰੀਨ ਦੀ। ਜਿਹੜੇ ਬਾਈ ਜੀ ਤੁਹਾਡੀ ਏਜ ਜਿਹੜੀ ਹੈਗੀ ਆ ਉਹ 25 ਸਾਲ ਤੋਂ ਉੱਪਰ ਆ ਅਤੇ ਤੁਹਾਡੇ ਕੋਲ 5 ਸਾਲ ਪੁਰਾਣਾ ਬਾਈ ਜੀ ਹੈਵੀ ਡਰਾਈਵਿੰਗ ਲਾਇਸੈਂਸ ਆ, ਤਾਂ ਜਿਹੜੀ ਜਿਹੜਾ ਵਾ ਬਜਟ ਆ ਬਾਈ ਜੀ ਉਹ 3.5 ਤੋਂ 4 ਲੱਖ ਦੇ ਵਿੱਚ ਆ, ਫਿਰ ਬਾਈ ਜੀ ਤੁਸੀਂ ਜਿਹੜਾ ਵਾ ਬਹਿਰੀਨ ਨੂੰ ਪ੍ਰੈਫਰ ਕਰ ਸਕਦੇ ਹੋ। ਬਟ ਇਹਦੇ ਵਾਸਤੇ ਬਾਈ ਜੀ ਕੰਡੀਸ਼ਨ ਇਹੀ ਹੈ ਕਿ ਤੁਹਾਡੀ ਏਜ ਜਿਹੜੀ ਆ ਉਹ 25 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ 5 ਸਾਲ ਪੁਰਾਣਾ ਜਿਹੜਾ ਬਾਈ ਜੀ ਹੈਵੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ, ਫਿਰ ਬਾਈ ਜੀ ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਵਾ ਲਾਇਸੈਂਸ ਬਣਾ ਸਕਦੇ ਹੋ। ਉੱਥੇ ਬਾਈ ਜੀ ਤੁਹਾਡਾ ਬਜਟ ਜਿਹੜਾ ਵਾ 3 ਤੋਂ 3.5 ਲੱਖ ਦੇ ਵਿੱਚ ਜਿਹੜਾ ਤੁਹਾਡਾ ਬਜਟ ਆ ਆਜ਼ਾਦ ਵੀਜ਼ਾ ਪਲੱਸ ਬਾਈ ਜੀ ਤੁਹਾਡਾ ਹੈਵੀ ਡਰਾਈਵਿੰਗ ਲਾਇਸੈਂਸ ਇਹਦੇ ਵਿੱਚ ਬਾਈ ਜੀ ਤੁਹਾਡਾ ਜਿਹੜਾ ਬਣ ਜਾਊਗਾ। ਉਸ ਤੋਂ ਬਾਅਦ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਕਵੈਦ ਦੀ, ਕਵੈਦ ਦੇ ਵਿੱਚ ਬਾਈ ਜੀ ਜੇ ਤੁਹਾਡੀ ਬਾਈ ਜੀ ਏਜ 23 ਸਾਲ ਤੋਂ ਉੱਪਰ ਆ ਪਲੱਸ ਤੁਹਾਡੇ ਕੋਲ ਇੰਡੀਆ ਦਾ ਜਾਂ ਜਿਹੜੀ ਵੀ ਕੰਟਰੀ 'ਚ ਤੁਸੀਂ ਆ ਰਹੇ ਹੋ ਉਹਦਾ ਹੈਵੀ ਡਰਾਈਵਿੰਗ ਲਾਇਸੈਂਸ ਹੈਗਾ ਵਾ, ਉਹ ਭਾਵੇਂ ਸਾਲ ਪੁਰਾਣਾ ਵਾ, 2 ਮਹੀਨੇ ਪੁਰਾਣਾ, 1 ਮਹੀਨਾ ਪੁਰਾਣਾ, ਉਹ ਨਹੀਂ ਮੈਟਰ ਕਰਦਾ, ਬਟ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਵਾ। ਤੁਹਾਡਾ 23 ਸਾਲ ਦਾ ਬਾਈ ਜੀ 23 ਸਾਲ ਤੋਂ ਉੱਪਰ ਤੁਹਾਡੀ ਏਜ ਆ, ਤੁਹਾਡੇ ਕੋਲ ਜਿਹੜਾ ਹੈਵੀ ਡਰਾਈਵਿੰਗ ਲਾਇਸੈਂਸ ਹੈਗਾ ਵਾ, ਅਤੇ ਬਾਈ ਜੀ ਜਿਹੜਾ ਤੁਹਾਡਾ ਬਜਟ ਆ ਉਹ 4 ਤੋਂ 4.5 ਲੱਖ ਦੇ ਵਿੱਚ ਆ, ਅਤੇ ਫਿਰ ਬਾਈ ਜੀ ਤੁਸੀਂ ਜਿਹੜਾ ਕਵੈਦ ਦੇ ਵਿੱਚ ਆਣ ਕੇ ਅਤੇ ਆਪਣਾ ਜਿਹੜਾ ਵਾ ਹੈਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ ਆਜ਼ਾਦ ਵੀਜ਼ੇ 'ਤੇ। ਕਿਉਂਕਿ ਬਾਈ ਜੀ ਇੱਥੇ ਜਿਹੜਾ ਕਵੈਦ ਦੇ ਵਿੱਚ ਬਾਈ ਜੀ ਹੁਣ ਮੈਂ ਸਟਿਲ ਕਵੈਦ 'ਚ ਹਾਂ, ਇੱਥੇ ਬਾਈ ਜੀ ਪੰਗਾ ਇੱਕ ਇੱਥੇ ਆ ਵੀ ਤੁਹਾਡਾ ਜਿਹੜਾ ਵਾ ਸਿੱਧਾ ਲਾਇਸੈਂਸ ਨਹੀਂ ਬਾਈ ਜੀ ਬਣਦਾ, ਇਹ ਤੁਹਾਨੂੰ ਏਜੰਟ ਕਰਨਾ ਪੈਂਦਾ, ਵਿੱਚ ਤੁਹਾਨੂੰ ਇਸਤਮਰਾ ਪੇਪਰ ਲੈਣਾ ਪੈਂਦਾ ਵਾ ਕਵੈਤੀ ਕੋਲ, ਉਹ ਕਾਫ਼ੀ ਜਾਣੀ ਕਿ ਬਾਈ ਜੀ ਖਰਚਾ ਆ ਜਾਂਦਾ ਵਾ। ਇਸ ਦੀ ਗੇਮ ਬਾਈ ਜੀ ਹੈਵੀ ਡਰਾਈਵਿੰਗ ਲਾਇਸੈਂਸ ਦੀ ਕਿਸੇ ਵੀ ਲਾਇਸੈਂਸ 'ਤੇ ਬਾਈ 1 ਲੱਖ ਤੋਂ ਉੱਪਰ ਚੱਲ ਜਾਂਦੀ ਹੈ, ਅਤੇ ਜਿਹੜਾ ਬਾਈ ਜੀ ਵੀਜ਼ਾ ਵਾ ਹੁਣ ਤਾਂ ਬਾਈ 3 ਲੱਖ ਦੇ ਅਰਾਊਂਡ 3.75 ਦੇ ਲਾਗੇ ਉਹ ਮਿਲ ਰਿਹਾ ਵਾ ਆਪਣਾ 18 ਨੰਬਰ ਦਾ ਸੂਨ ਵੀਜ਼ਾ। ਸੋ ਜੇ ਬਾਈ ਜੀ ਉਹ ਤੁਹਾਡੀ ਏਜ 23 ਸਾਲ ਤੋਂ ਪਲੱਸ ਆ, ਤੁਹਾਡੇ ਕੋਲ ਹੈਵੀ ਡਰਾਈਵਿੰਗ ਲਾਇਸੈਂਸ ਹੈ ਵਾ, ਅਤੇ ਤੁਹਾਡਾ ਬਜਟ ਬਾਈ ਜੀ 4 ਲੱਖ ਤੋਂ ਉੱਪਰ ਆ, 4 ਲੱਖ ਤੋਂ 5 ਲੱਖ ਦੇ ਵਿੱਚ ਹੈਗਾ ਵਾ, ਫਿਰ ਬਾਈ ਜੀ ਤੁਸੀਂ ਕਵੈਤ ਆਣ ਕੇ ਅਤੇ ਆਪਣਾ ਜਿਹੜਾ ਹੈਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਬਾਈ ਜੀ ਜਿਹੜੀ ਬੈਸਟ ਕੰਟਰੀ ਆ ਜਿਹੜੇ ਅੱਜ ਦੇ ਹਿਸਾਬ ਨਾਲ ਬਾਈ ਜੀ ਮੇਰੇ ਹਿਸਾਬ ਨਾਲ ਪਰਸਨਲ, ਉਹ ਬਾਈ ਜੀ ਕਤਰ। ਜੇ ਤਾਂ ਬਾਈ ਜੀ ਤੁਹਾਡਾ ਜਿਹੜਾ ਬਜਟ ਆ ਬਾਈ ਉਹ ਕੋਈ 2.5 ਤੋਂ 3.5 ਲੱਖ ਦੇ ਵਿੱਚ ਆ, 2.5 ਤੋਂ 3 ਲੱਖ ਦੇ ਵਿੱਚ ਆ ਬਾਈ ਜੀ, ਜਾਂ ਅਤੇ ਬਾਈ ਜੀ ਤੁਸੀਂ ਕਤਰ ਜਾਓ ਅਤੇ ਉੱਥੇ ਜਾ ਕੇ ਬਾਈ ਆਪਣਾ ਜਿਹੜਾ ਲਾਇਸੈਂਸ ਬਣਵਾ ਸਕਦੇ ਹੋ ਉੱਥੋਂ ਦਾ, ਕਿਉਂਕਿ ਬਾਈ ਆਜ਼ਾਦ ਵੀਜ਼ੇ ਦੀ ਕੋਸਟ ਵੀ ਘੱਟ ਆ ਪਲੱਸ ਲਾਇਸੈਂਸ ਦੀ ਬਾਈ ਕੋਸਟ ਘੱਟ ਆ, 1 ਲੱਖ ਦੇ ਵਿੱਚ ਬਾਈ ਤੁਹਾਡਾ ਹੈਵੀ ਡਰਾਈਵਿੰਗ ਲਾਇਸੈਂਸ ਬਣ ਜਾਂਦਾ। ਬਟ ਬਾਈ ਉੱਥੇ ਕੰਡੀਸ਼ਨ ਇਹ ਹੋਈ ਆ ਵੀ ਤੁਹਾਨੂੰ ਟਰਾਈਆਂ 2 ਮਿਲਦੀਆਂ ਹੈਵੀ ਡਰਾਈਵਰ ਲਾਇਸੈਂਸ ਦੇ ਉੱਤੇ, ਹੈਵੀ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ 2 ਟਰਾਈਆਂ ਮਿਲਣੀਆਂ। ਜੇ ਓਪਰੇਟਰ ਦਾ ਲਾਇਸੈਂਸ ਬਣਾਉਂਦੇ ਫਿਰ ਤਾਂ ਬਾਈ 5 ਟਰਾਈਆਂ, ਅਤੇ ਓਪਰੇਟਰ ਦਾ ਲਾਇਸੈਂਸ ਜਿਹੜਾ ਵਾ ਈਜ਼ੀ ਆ ਬਣਾ ਹੈਵੀ ਡਰਾਈਵਿੰਗ ਲਾਇਸੈਂਸ ਤੋਂ। ਸੋ ਬਾਈ ਜੀ ਜੇ ਤੁਹਾਡੀ ਏਜ ਜਿਹੜੀ ਆ ਉਹ 23 ਸਾਲ ਤੋਂ ਉੱਪਰ ਆ ਅਤੇ ਪਲੱਸ ਤੁਹਾਡੇ ਕੋਲ ਜਿਹੜਾ ਵਾ ਇੰਡੀਆ ਦਾ ਜਾਂ ਕਿਸੇ ਵੀ ਕੰਟਰੀ ਦਾ ਹੈਵੀ ਡਰਾਈਵਿੰਗ ਹੈ ਡਰਾਈਵਿੰਗ ਲਾਇਸੈਂਸ ਹੈ ਵਾ ਜਾਂ ਨਹੀਂ ਹੈ, ਉਹ ਉੱਥੇ ਬਾਈ ਜੀ ਮੈਟਰ ਨਹੀਂ ਕਰਦਾ, ਤੁਸੀਂ ਵਿਦਾਊਟ ਹੈਵੀ ਡਰਾਈਵਿੰਗ ਲਾਇਸੈਂਸ ਵੀ ਜਾ ਕੇ ਬਾਈ ਜੀ ਆਪਣਾ ਜਿਹੜਾ ਹੈਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ। ਅਤੇ ਇਹਦੀ ਬਾਈ ਜੀ ਜਿਹੜੀ ਕੋਸਟ ਦੋਵਾਂ ਦੀ ਮਿਲਾ ਕੇ ਬਾਈ ਜੀ 1,70,000 ਬਾਈ 2 ਲੱਖ ਤੋਂ ਜਾਣੀ 2.5 ਲੱਖ ਤੋਂ ਬਾਈ ਜੀ 3 ਲੱਖ ਦੇ ਵਿੱਚ ਇਹ ਤੁਹਾਡਾ ਜਿਹੜਾ ਵਾ ਲਾਇਸੈਂਸ ਵੀ ਪਲੱਸ 1 ਸਾਲ ਦਾ ਤੁਹਾਨੂੰ ਆਜ਼ਾਦ ਵੀਜ਼ਾ ਵੀ ਬਾਈ ਜੀ ਕਤਰ ਦੇ ਵਿੱਚ ਮਿਲ ਜਾਊਗਾ। ਸੋ ਅੱਜ ਦੇ ਸਹੀ ਬਾਈ ਜੀ ਹਿਸਾਬ ਦੇ ਨਾਲ ਜੇ ਤਾਂ ਤੁਹਾਡਾ ਬਜਟ ਜਿਹੜਾ ਵਾ 3 ਲੱਖ ਤੋਂ ਘੱਟ ਆ ਫਿਰ ਬਾਈ ਜੀ ਤੁਸੀਂ ਕਤਰ ਨੂੰ ਪ੍ਰੈਫਰ ਕਰੋ,
ਨਹੀਂ ਮਿਲਦਾ। ਇਹ ਜਿਹੜੀਆਂ ਤਿੰਨ ਕੰਟਰੀਆਂ ਬਈ ਮੈਂ ਪਹਿਲੀਆਂ ਜਿਹੜੀਆਂ ਇਸ ਤੋਂ ਬਾਅਦ ਦੱਸੀਆਂ ਵਾ, ਇੱਥੇ ਤਾਂ ਫਿਰ ਵੀ ਬਾਈ ਜੀ ਥੋੜ੍ਹਾ ਬਹੁਤਾ ਤੁਹਾਨੂੰ ਸਟਰਗਲ ਕਰਿਆ ਤੁਹਾਨੂੰ ਜਿਹੜਾ ਵਾ ਉਹ ਕੰਮ ਮਿਲ ਜੂਗਾ, ਬਟ ਦੁਬਈ ਦੇ ਵਿੱਚ ਬਈ ਨਵੇਂ ਲਾਇਸੈਂਸ 'ਤੇ ਕੰਮ ਨਹੀਂ ਮਿਲਦਾ। ਇਸ ਕਰਕੇ ਬਈ ਮੈਂ ਦੁਬਈ ਨੂੰ ਪ੍ਰੈਫਰ ਨਹੀਂ ਕਰਦਾ, ਇਸ ਕਰਕੇ ਸਭ ਤੋਂ ਲਾਸਟ ਮੈਂ ਦੁਬਈ ਰੱਖਿਆ ਵਾ। ਉਸ ਤੋਂ ਬਾਅਦ ਬਾਈ ਜੀ ਬਹਿਰੀਨ ਆ, ਬਹਿਰੀਨ ਦੇ ਵਿੱਚ ਥੋੜ੍ਹੀਆਂ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਵਾ ਉਹ ਥੋੜ੍ਹੀਆਂ ਜਿਹੀਆਂ ਹਾਰਡ ਆ, ਰਿਕੁਆਇਰਮੈਂਟ ਬਾਈ ਜੀ ਥੋੜ੍ਹੀਆਂ ਉਹਨਾਂ ਦੀਆਂ ਔਖੀਆਂ ਵੀ, 25 ਸਾਲ ਤੋਂ ਪਲੱਸ ਤੁਹਾਡੀ ਏਜ ਹੋਣੀ ਚਾਹੀਦੀ ਹੈ ਅਤੇ ਪਲੱਸ ਤੁਹਾਡੇ ਕੋਲ 5 ਸਾਲ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ ਵਾ। ਅਤੇ ਉਸ ਤੋਂ ਬਾਅਦ ਬਾਈ ਜੀ ਕਵੈਤ ਆ, ਕਵੈਤ ਵੀ ਬਾਈ ਜੀ ਥੋੜ੍ਹਾ ਜਿਹਾ ਕੋਸਟਲੀ ਹੋ ਗਿਆ ਲਾਇਸੈਂਸ, ਕਿਉਂਕਿ ਬਾਈ ਜੀ ਇੱਥੇ ਵਾਸਤੇ ਲੱਗ ਕੇ ਲਾਇਸੈਂਸ ਬਣਦੇ ਆ, ਇਸਤਮਾਰਾ ਪੇਪਰ ਬਾਈ ਜੀ ਕਵੈਤੀ ਦਾ ਵਾਸਤਾ ਲਾਉਣਾ, ਉਹ ਬਾਈ ਜੀ ਉਹ ਪੈਸੇ ਬਹੁਤ ਚਾਰਜ ਕਰਦੇ ਆ ਵੀ, ਉੱਦਾਂ ਬਾਈ ਇੱਥੇ ਲਾਇਸੈਂਸ ਨਹੀਂ ਬਣਦੇ। ਇਸ ਕਰਕੇ ਬਾਈ ਜੀ ਇਹਨੂੰ ਥੋੜ੍ਹਾ ਜਿਹਾ ਇਹਨੂੰ ਪਿੱਛੇ ਰੱਖਿਆ। ਅਤੇ ਬੈਸਟ ਬਾਈ ਜੀ ਕੰਟਰੀ ਅੱਜ ਦੇ ਹਿਸਾਬ ਨਾਲ ਬਾਈ ਜੀ ਮੇਰੇ ਹਿਸਾਬ ਨਾਲ ਪਰਸਨਲ ਮੇਰਾ ਵਿਊ ਆ ਵੀ ਕਤਰ, ਕਤਰ ਦੇ ਵਿੱਚ ਕਿਉਂਕਿ ਬਾਈ ਕੋਸਟ ਵੀ ਘੱਟ ਆ ਨਾ ਬਾਈ ਜੀ, ਉੱਥੇ ਜਾ ਕੇ ਤੁਹਾਨੂੰ ਜਿਹੜਾ ਵੀ ਇੰਡੀਆ ਦਾ ਹੈਵੀ ਡਰਾਈਵਿੰਗ ਲਾਇਸੈਂਸ ਜਿਹੜਾ ਸ਼ੋਅ ਕਰਨਾ ਪੈਂਦਾ ਵਿਦਆਊਟ, ਤੁਸੀਂ ਹੈਵੀ ਡਰਾਈਵਿੰਗ ਲਾਇਸੈਂਸ ਵੀ ਉੱਥੇ ਜਾ ਕੇ ਆਪਣੀ ਫਾਈਲ ਉੱਪਰ ਕਰਵਾ ਕੇ ਅਤੇ ਜਿਹੜਾ ਆਪਣਾ ਹੈਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ। ਸੋ ਬੜੇ ਵੀਰਾਂ ਦੇ ਸਵਾਲ ਆਉਂਦੇ ਸੀਗੇ ਬਾਈ ਜੀ ਕਿਹੜੀ ਕੰਟਰੀ ਨੂੰ ਪ੍ਰੈਫਰ ਦੇਈਏ, ਕਿਹੜੀ ਕੰਟਰੀ ਦੇ ਵਿੱਚ ਜਾ ਕੇ ਆਪਣਾ ਹੈਵੀ ਡਰਾਈਵਿੰਗ ਲਾਇਸੈਂਸ ਜਿਹੜਾ ਵਾ ਬਣਵਾਈਏ। ਸੋ ਵੀ ਜੀ ਮੈਂ ਤੁਹਾਨੂੰ ਆਹ 4 ਮੇਜਰ ਕੰਟਰੀਆਂ ਜਿਹੜੀਆਂ ਇਹ ਦੱਸਤੀਆਂ ਵਾ ਜਿੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਵਾ ਉਹ ਹੈਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ, ਵੀ ਆਪਣੀ ਜਿਹੜੀ ਕੋਸਟ ਅਤੇ ਆਪਣੇ ਬਜਟ ਦੇ ਹਿਸਾਬ ਨਾਲ ਕਿੰਨਾ ਕੁ ਤੁਹਾਡਾ ਬਜਟ ਆ। ਬਾਕੀ ਬਾਈ ਜੀ ਸਟਰਗਲ ਸਾਰੀਆਂ ਕੰਪਨੀ ਸਾਰੀਆਂ ਕੰਟਰੀਆਂ ਦੇ ਵਿੱਚ ਕਰਨਾ ਪੈਂਦਾ, ਥੋੜ੍ਹਾ ਬਹੁਤਾ ਕੰਮ ਬਈ ਜਾਣੀ ਕਿ ਵੀ ਉੱਥੇ ਥੋੜ੍ਹਾ ਬਹੁਤਾ ਆਪਣੇ ਜਦੋਂ ਲਿੰਕ ਬਣਦੇ ਆ ਬਈ ਫਿਰ ਮਿਲਦਾ ਵਾ। ਪਹਿਲੇ 2-3 ਮਹੀਨੇ ਬਈ ਆਪਾਂ ਨੂੰ ਸਾਰਿਆਂ ਨੂੰ ਸਟਰਗਲ ਕਰਨਾ ਪੈਂਦਾ, ਕਿਸੇ ਵੀ ਕੰਟਰੀ 'ਚ ਦੁਬਈ ਆ, ਕੁਵੈਤ ਆ, ਕਤਰ ਆ, ਬਈ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾ ਕੇ ਪਹਿਲਾਂ ਬਈ ਜੀ ਥੋੜ੍ਹਾ 2-4 ਕੰਪਨੀਆਂ 'ਚ ਮਿਲਦੇ ਸੀ ਵੀ ਵਗੈਰਾ ਦਿੰਦੇ ਜੀ, ਅਤੇ ਫਿਰ ਬਈ ਉਹਨਾਂ ਬੰਦਿਆਂ ਦੀ ਲੋੜ ਹੁੰਦੀ ਆ ਤੋਂ ਫਿਰ ਬਈ ਗੱਲ ਬਣ ਜਾਂਦੀ, ਬਟ ਕੰਮ ਮਿਲ ਜਾਂਦਾ ਬਈ ਹਰ ਇੱਕ ਕੰਟਰੀ 'ਚ ਮਿਲ ਜਾਂਦਾ। ਦੁਬਈ ਦੇ ਵਿੱਚ ਥੋੜ੍ਹਾ ਜਿਹਾ ਔਖਾ ਤਾਂ ਹੋ ਗਿਆ ਵਾ ਵੀ ਉਹ ਜਿਹੜੇ ਨਵੇਂ ਲਾਇਸੈਂਸ ਨੂੰ ਹੁਣ ਬਈ ਜੀ ਉਹ ਪਹਿਲ ਨਹੀਂ ਦਿੰਦੇ, ਉਹ ਪੁਰਾਣੇ ਜਿਹੜੇ ਐਕਸਪੀਰੀਅੰਸ ਲਾਇਸੈਂਸ ਆ ਬਈ ਜੀ ਜਿਹਨਾਂ ਕੋਲ ਉਹਨਾਂ ਨੂੰ ਬਈ ਜੀ ਉਹ ਜੋਬ ਦਿੰਦੇ ਆ। ਸੋ ਵੀ ਜੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।